ਹੈਲੋ ਦੋਸਤੋ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਅੱਜ ਜਿਸ ਸਕੀਮ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਸੁਣ ਕੇ ਤੁਸੀਂ ਵੀ ਬਹੁਤ ਖੁਸ਼ ਹੋਵੋਗੇ ਇਸ ਸਕੀਮ ਦਾ ਐਲਾਨ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ ਹੈ ਇਸ ਸਕੀਮ ਤੇ ਤੁਹਾਨੂੰ ਹਰ ਮਹੀਨੇ 4100 ਰੁਪਏ ਦਿੱਤਾ ਜਾਵੇਗਾ ਆਓ ਜਾਣ ਲੈਂਦੇ ਹਾਂ ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ ਕੀ ਕੁਝ ਹੋਣਾ ਚਾਹੀਦਾ ਹੈ ਦੋਸਤੋ ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ ਪੀਲਾ ਕਾਰਡ ਹੋਣਾ ਜ਼ਰੂਰੀ ਹੈ ਪੰਜਾਬ ਸਰਕਾਰ ਦੁਆਰਾ ਜਿਹੜੇ ਪੀਲੇ ਕਾਰਡ ਬਣਾਏ ਗਏ ਸਨ ਜੇਕਰ ਤੁਹਾਡੇ ਕੋਲ ਉਹ ਉਪਲਬਧ ਹੈ ਤਾਂ ਤੁਹਾਨੂੰ ਹਰ ਮਹੀਨੇ 4100 ਰੁਪਏ ਦਿੱਤੇ ਜਾਣਗੇ ਜੇਕਰ ਤੁਹਾਡੇ ਕੋਲ ਪੀਲਾ ਕਾਰਡ ਨਹੀਂ ਹੈ ਤਾਂ ਤੁਸੀਂ ਕਿਸ ਤਰ੍ਹਾਂ ਉਸ ਨੂੰ ਬਣਵਾ ਸਕਦੇ ਹੋ ਉਸਤੇ ਬਾਰੇ ਵੀ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਪੀਲੇ ਕਾਰਡ ਤੇ 4100 ਰੁਪਏ ਲੈਣ ਲਈ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਹਨ ਉਸਤੇ ਬਾਰੇ ਪਹਿਲਾਂ ਜਾਣ ਲੈਂਦੇ ਹਾਂ ਪੀਲੇ ਕਾਰਡ ਤੇ 4100 ਰੁਪਏ ਲੈਣ ਲਈ ਤੁਹਾਡੇ ਕੋਲ ਆਪਣਾ ਆਧਾਰ ਕਾਰਡ ਅਤੇ ਬੈਂਕ ਦੀ ਕਾਪੀ ਹੋਣੀ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਬੈਂਕ ਖਾਤਾ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਬੈਂਕ ਵਿਚ ਜਾ ਕੇ ਆਪਣਾ ਬੈਂਕ ਦਾ ਖਾਤਾ ਖੁਲਵਾ ਲਓ ਕਿਉਂਕਿ ਹਰ ਮਹੀਨੇ ਪੈਸੇ ਤੁਹਾਡੇ ਖਾਤੇ ਵਿੱਚ ਹੀ ਦਿੱਤੇ ਜਾਣਗੇ ਇਸ ਤੋਂ ਬਾਅਦ ਹੋਰ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਹਨ ਉਸਤੇ ਬਾਰੇ ਵੀ ਜਾਣ ਲੈਂਦੇ ਆ ਇਸ ਤੋਂ ਬਾਅਦ ਤੁਹਾਡੇ ਕੋਲ ਆਪਣਾ ਪੈਨ ਕਾਰਡ ਵੋਟਰ ਕਾਰਡ ਅਤੇ ਰਾਸ਼ਨ ਕਾਰਡ ਇਹ ਤਿੰਨ ਡਾਕੂਮੈਂਟ ਵੀ ਹੋਣੇ ਬਹੁਤ ਜ਼ਰੂਰੀ ਹਨ ਸਭ ਤੋਂ ਪਹਿਲਾਂ ਇਹ ਸਾਰੇ ਡਾਕੂਮੈਂਟ ਇਕੱਠੇ ਕਰ ਲੈਣੇ ਹਨ ਜਦੋਂ ਤੁਹਾਡੇ ਕੋਲ ਇਹ ਸਾਰੇ ਡਾਕੂਮੈਂਟ ਇਕੱਠੇ ਹੋ ਜਾਣਗੇ ਤਾਂ ਤੁਸੀਂ ਆਪਣੇ ਨੇੜੇ ਦੇ ਸੀਐਸਸੀ ਸੈਂਟਰ ਵਿੱਚ ਜਾਣਾ ਹੈ ਸੀਐਸਸੀ ਸੈਂਟਰ ਤੇ ਜਾ ਕੇ ਤੁਸੀਂ ਕਹਿਣਾ ਹੈ ਕਿ ਪੀਲਾ ਕਾਰਡ ਤੇ ਜਿਹੜੀ ਨਵੀਂ ਸਕੀਮ ਆਈ ਹੈ ਉਹੋ ਫਾਰਮ ਤੁਸੀਂ ਭਰਨੇ ਹਨ ਇਸ ਤੋਂ ਬਾਅਦ ਉਹ ਤੁਹਾਨੂੰ ਇੱਕ ਫਾਰਮ ਦੇਣਗੇ ਤੁਸੀਂ ਉਸ ਫਾਰਮ ਨੂੰ ਪੂਰਾ ਭਰਨਾ ਹੈ ਜੇਕਰ ਤੁਹਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਤਾਂ ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਹੋ ਫਾਰਮ ਭਰਨ ਤੋਂ ਬਾਅਦ ਆਪਣੇ ਸਾਰੇ ਡਾਕੂਮੈਂਟ ਉਸ ਦੇ ਨਾਲ ਲਗਾ ਦੇਣੇ ਹਨ ਇਸ ਤੋਂ ਬਾਅਦ ਤੁਸੀਂ ਆਪਣੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਕੋਲੋਂ ਮੋਹਰ ਲਗਵਾਉਣੀ ਹੈ ਮੋਹਰ ਕਿਸ ਜਗ੍ਹਾ ਤੇ ਲਗਣੀ ਹੈ ਉਹ ਤੁਹਾਨੂੰ ਦੱਸ ਦੇਣਗੇ ਮੋਹਰ ਲਗਵਾਉਣ ਤੋਂ ਬਾਅਦ ਤੁਸੀਂ ਉਸ ਫਾਰਮ ਨੂੰ ਸੀਐਸਸੀ ਸੈਂਟਰ ਵਿੱਚ ਹੀ ਜਮ੍ਹਾਂ ਕਰਵਾ ਦੇਣਾ ਹੈ ਜਮ੍ਹਾਂ ਕਰਵਾਉਣ ਤੋਂ ਬਾਅਦ ਉਹ ਤੁਹਾਨੂੰ ਇੱਕ ਰਸੀਦ ਦੇਣਗੇ ਉਸਰ ਸਹੀ ਦਿਨ ਨੂੰ ਤੁਸੀਂ ਆਪਣੇ ਕੋਲ ਰੱਖ ਲੈਣਾ ਹੈ ਇਸ ਤੋਂ ਬਾਅਦ ਪੈਸੇ ਕਦੋਂ ਆਉਣਗੇ ਉਸ ਬਾਰੇ ਵੀ ਜਾਣ ਲੈਂਦੇ ਆ ਜਦੋਂ ਤੁਹਾਡੇ ਦੁਆਰਾ ਫਾਰਮ ਜਮ੍ਹਾਂ ਕਰਵਾ ਦਿੱਤਾ ਜਾਵੇਗਾ ਤਾਂ ਉਸ ਤੋਂ ਬਾਅਦ ਅਗਲੇ ਡਿਪਾਰਟਮੈਂਟ ਦੁਆਰਾ ਉਸ ਫਾਰਮ ਨੂੰ ਪਾਸ ਜਾਂ ਰਿਜੈਕਟ ਕੀਤਾ ਜਾਵੇਗਾ ਜੇਕਰ ਤੁਹਾਡਾ ਫਾਰਮ ਪਾਸ ਹੁੰਦਾ ਹੈ ਤਾਂ ਤੁਹਾਡੇ ਖਾਤੇ ਵਿੱਚ 4100 ਰੁਪਏ ਆਉਣੇ ਸ਼ੁਰੂ ਹੋ ਜਾਣਗੇ ਪਰ ਜੇਕਰ ਤੁਹਾਡਾ ਫਾਰਮ ਰਿਜੈਕਟ ਹੁੰਦਾ ਹੈ ਤਾਂ ਉਸ ਦਾ ਰੀਜਨ ਵੀ ਤੁਹਾਨੂੰ ਦੱਸਿਆ ਜਾਵੇਗਾ ਅਤੇ ਤੁਸੀਂ ਦੁਬਾਰਾ ਉਸ ਰੀਜਨ ਨੂੰ ਠੀਕ ਕਰਕੇ ਦੁਬਾਰਾ ਫਾਰਮ ਸੀਐਸਸੀ ਸੈਂਟਰ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਪੀਲੇ ਕਾਰਡ ਤੇ 4100 ਰੁਪਏ ਵਾਲੀ ਸਕੀਮ ਭਰ ਸਕਦੇ ਹੋ ਜੇਕਰ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਆਪਣੇ ਛੋਟੇ ਵੀਰ ਦਾ ਚੈਨਲ ਸਬਸਕ੍ਰਾਈਬ ਜਰੂਰ ਕਰਨਾ